1 ਕਿਲੋ ਗਿਰੀਆਂ ਲਿਖੋ ਬਦਾਮ ਦੀਆਂ, ਅੱਧਾ ਕਿਲੋ ਖਸਖਸ ਲਿਖੋ, ਮਗਜ ਲਿਖ ਲਓ, 1 ਕਿਲੋ ਹਰੀ ਇਲਾਚੀ ਲਿਖੋ, 1 ਕਿਲੋ ਕਾਜੂ ਲਿਖੋ, 5 ਕਿਲੋ ਦੁੱਧ ਲਿਖੋ, 5 ਕਿਲੋ ਹੀ ਖੰਡ ਲਿਖ ਲਓ, ਧਾਗੇ ਵਾਲੀ ਮਿਸ਼ਰੀ ਲਿਖੋ, 4 ਕਿਲੋ ਦੇਸੀ ਘਿਓ ਲਿਖੋ, ਇੱਕ ਬਸਤਰ ਲਿਖੋ ਜੀ, ਵਧੀਆ ਕੋਟਨ ਦਾ ਹੀ ਲਿਓ। ਅਸਲ ਮੈਂ ਜਿਹੜਾ ਪਾਉਂਦਾ ਕੋਈ ਹੁੰਦਾ ਵਾ 1500 ਰੁਪਏ ਦਾ ਮੀਟਰ। ਦਸਤਾਰ ਲਿਖ ਲਓ ਜੀ ਤੁਸੀਂ, 7.5 ਮੀਟਰ ਦਸਤਾਰ ਲਿਖ, ਮੈਂ ਵੈਸੇ ਬਾਟਾ ਦਾ ਹੀ ਪਾਉਂ। 7 ਨੰਬਰ ਲੈ, ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਦਲਜੀਤ ਅਰੋੜਾ, ਸੰਪਾਦਕ ਪੰਜਾਬੀ ਸਕਰੀਨ ਮੈਗਜ਼ੀਨ। ਅੱਜ ਮੈਂ ਤੁਹਾਡੇ ਨਾਲ ਇੱਕ ਬੜੀ ਹੀ ਖਾਸ ਸੂਚਨਾ ਸਾਂਝੀ ਕਰ ਰਿਹਾ ਹਾਂ, ਉਹ ਹੈ ਸਾਡੇ ਬਹੁਤ ਹੀ ਅਜ਼ੀਜ਼ ਮਿੱਤਰ ਗੁਰ ਰੰਧਾਵਾ ਅਤੇ ਉਹਨਾਂ ਦੇ ਚੈਨਲ ਹੈਪੀ ਹੈਪੀ ਐਂਟਰਟੇਨਮੈਂਟ ਬਾਰੇ। ਦੋਸਤੋ, ਉਹ ਬਹੁਤ ਮਿਹਨਤ ਦੇ ਨਾਲ, ਮੈਂ ਦੇਖ ਰਿਹਾ ਕਿ ਬੜੇ ਸਮੇਂ ਤੋਂ ਉਹ ਆਪਣੀਆਂ ਛੋਟੀਆਂ ਛੋਟੀਆਂ ਵੀਡੀਓਜ਼, ਛੋਟੀਆਂ ਛੋਟੀਆਂ ਫਿਲਮਾਂ ਰਾਹੀਂ ਵੱਡੇ ਵੱਡੇ ਸੰਦੇਸ਼ ਦੇਣ ਦੀ ਕੋਸ਼ਿਸ਼ ਕਰਦੇ ਨੇ। ਉਹ ਕੋਈ ਬਹੁਤ ਵੱਡਾ, ਆਪਾਂ ਕਹੀਏ ਕਿ ਉਹ ਬਹੁਤ ਵੱਡੇ ਲੈਵਲ 'ਤੇ ਕੋਈ ਫਿਲਮਾਂ ਨਹੀਂ ਬਣਾ ਰਹੇ, ਪਰ ਉਹਨਾਂ ਦਾ ਸੋਚ ਦਾ ਲੈਵਲ ਬਹੁਤ ਵੱਡਾ ਹੈ। ਛੋਟੇ ਛੋਟੀਆਂ ਫਿਲਮਾਂ, ਕੋਈ 5 ਮਿੰਟ, ਕੋਈ 10-15 ਮਿੰਟ ਲੋਕਲ ਕਲਾਕਾਰਾਂ ਨੂੰ ਲੈ ਕੇ ਕੰਮ ਕਰਦੇ ਨੇ, ਪਰ ਉਹਨਾਂ ਦਾ ਕੰਮ ਬਹੁਤ ਹੀ ਸਲਾਹਣਯੋਗ ਹੁੰਦਾ, ਬੜੇ ਵਧੀਆ ਸੰਦੇਸ਼ ਦਿੰਦੇ ਨੇ। ਸਾਰੀ ਦੀ ਸਾਰੀ ਉਹਨਾਂ ਦੀ ਟੀਮ, ਮੈਂ ਕਿਸੇ ਵੇਲੇ ਉਹਨਾਂ ਦੀ ਸ਼ੂਟਿੰਗ 'ਤੇ ਵੀ ਗਿਆ ਵਾ, ਦੇਖਿਆ ਕਿ ਕਿੱਡੀ ਮਿਹਨਤ ਦੇ ਨਾਲ, ਕਿੱਡੀ ਜੁਗਾੜ ਬੰਦੀ ਦੇ ਨਾਲ ਕੰਮ ਕਰਦੇ ਨੇ। ਪਰ ਜੁਗਾੜ ਬੰਦੀ ਉਹਨਾਂ ਦੀ ਇੱਦਾਂ ਦੀ ਹੁੰਦੀ ਹੈ ਕਿ ਲੱਗਦਾ ਕਿ ਬੜਾ ਪ੍ਰੋਫੈਸ਼ਨਲੀ ਉਹ ਕੰਮ ਕਰ ਰਹੇ ਨੇ, ਪਰ ਜੋ ਵੀ ਹੈ, ਮਤਲਬ ਹੈ ਕਿ ਅਸੀਂ ਲੋਕਾਂ ਨੂੰ ਕੀ ਦੇ ਰਹੇ ਹਾਂ, ਲੋਕਾਂ ਨੂੰ ਸੰਦੇਸ਼ ਕੀ ਦੇ ਰਹੇ ਹਾਂ, ਲੋਕਾਂ ਨੂੰ ਆਪਾਂ ਕਹਿਣਾ ਕੀ ਚਾਹੁੰਦੇ, ਕੀ ਉਹ ਵਰਥ ਹੈ ਕਿ ਸਾਡੀ ਗੱਲ। ਅਸੀਂ ਕੋਈ ਜੇ ਕੋਈ ਕਾਮੇਡੀ ਦੇ ਥਰੂ ਕਰਦੇ ਹਾਂ ਜਾਂ ਕੋਈ ਸੀਰੀਅਸ ਟੋਪਿਕ ਲੈ ਕੇ ਗੱਲ ਕਰਦੇ ਹਾਂ, ਪਰ ਗੱਲ ਦੇ ਪਿੱਛੇ ਵਜ਼ਨ ਹੋਣਾ ਚਾਹੀਦਾ। ਅਤੇ ਮੈਨੂੰ ਲੱਗਦਾ ਹੈ ਕਿ ਉਹ ਵਾਕਈ ਉਹਨਾਂ ਦੀ ਜਿਹੜੀ ਸੋਚ ਹੈ ਪੰਜਾਬੀ ਸਿਨੇਮਾ ਪ੍ਰਤੀ, ਛੋਟੇ ਸਿਨੇਮਾ ਪ੍ਰਤੀ, ਪ੍ਰਤੀ ਛੋਟੀਆਂ ਫਿਲਮਾਂ ਪ੍ਰਤੀ ਉਹ ਬਹੁਤ ਵਧੀਆ ਸਾਰਥਕ ਹੈ। ਅਤੇ ਉਹ ਕਾਫੀ ਟਾਈਮ ਤੋਂ ਉਹ ਰੈਗੂਲਰਲੀ ਫਿਲਮਾਂ ਕਰ ਰਹੇ ਨੇ, ਕਿਸੇ ਵੇਲੇ ਦੇਖਦਾ ਕਿ ਇੱਕ ਇੱਕ ਦਿਨ 'ਚ 2-2 ਫਿਲਮਾਂ ਵੀ ਪਾ ਦਿੰਦੇ ਨੇ। ਅਤੇ ਮੈਨੂੰ ਲੱਗਦਾ ਇਹ ਸਾਨੂੰ ਸਾਰਿਆਂ ਨੂੰ ਇੱਕ ਬਹੁਤ ਵਧੀਆ ਸੰਦੇਸ਼ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ, ਅਤੇ ਸਾਨੂੰ ਇਹਨਾਂ ਨੂੰ ਸਾਥ ਦੇਣਾ ਚਾਹੀਦਾ, ਇਹਨਾਂ ਦੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਚਾਹੀਦਾ। ਵਿਹੜਾ ਭਾਂ ਭਾਂ ਕਰਨ ਡਿਆ, ਬੇਬੇ ਨਾਲ ਬੜੀਆਂ ਰੌਣਕਾਂ ਸੀ ਘਰ ਦੇ ਵਿੱਚ। ਰੰਧਾਵਾ ਸਾਹਿਬ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਵੀਰ। ਬੜੇ ਬੰਦੇ ਨਗਰ ਚ ਵੇਖੇ ਆ, ਗੁੱਸਾ ਨਾ ਕਰੀ, ਪਰ ਤੂੰ ਜਿਹੜਾ ਬਾਪੂ ਵਾਰੀ ਹਿਰਖ ਕਰਨ ਆਇਆ, ਨੈਸ਼ ਹੀ ਬੋਲ ਕੇ ਗਿਆ। ਨਾ ਨਾ, ਇੱਦਾਂ ਦੀ ਤੇ ਕੋਈ ਗੱਲ ਹੀ ਨਹੀਂ ਵੀਰ। ਤੂੰ ਆਪ ਕਿਹਾ ਕਿ ਬਾਕੀ ਹਿਰਕਮਾਂ ਅਗਲੇ ਐਤਵਾਰ ਕਰੂੰਗਾ, ਉਹ ਤੇ ਦਿਨ ਹੀ ਇੱਦਾਂ ਦਾ ਸੀ। ਤੁਹਾਡੇ ਤੇ ਵੀ ਕੀ ਬੀਤਣ ਦੀ ਸੀ, ਮੇਰੇ ਤੇ ਵੀ ਕੀ ਬੀਤਣ ਦੀ ਸੀ। ਪਰ ਐਤਵਾਰ ਆਇਆ ਨਹੀਂ ਤਾਂ ਬੇਬੇ ਲੈ ਕੇ ਬਹਿ ਗਿਆ ਨਾ, ਬੇਬੇ ਪੂਰੀ ਹੋ ਗਈ। ਬੇਬੇ ਚਲੀ ਗਈ ਆ,
ਤੈਨੂੰ ਨਹੀਂ ਪਤਾ। ਨਹੀਂ, ਮੈਨੂੰ ਤਾਂ ਨਹੀਂ ਪਤਾ। ਮੈਂ ਤਾਂ ਕੋਈ ਇੰਸਟਾਲਮੈਂਟ ਸੀ ਇੰਸ਼ੋਰੈਂਸ ਦੀ, ਬੇਬੇ ਨੇ ਕਰਵਾਈ ਸੀ। ਅੱਛਾ, ਮੈਂ ਤਾਂ ਉਸ ਮਸਲੇ 'ਚ ਆਇਆ ਸੀ। ਗੁੱਸਾ ਨਾ ਕਰੀ ਮੇਰਾ ਵੀਰ, ਮੇਰੇ ਕੋਲ ਕਿਹੜਾ ਇੱਦਾਂ ਮੂੰਹ ਗੱਲ ਨਿਕਲ ਜਾਂਦੀ ਆ। ਗੁੱਸਾ ਨਾ ਕਰੀ, ਕਿਹੜੀ ਆ। ਮੈਨੂੰ ਨਹੀਂ ਪਤਾ ਸੀ ਬਾਪੂ ਤੋਂ ਬਾਅਦ ਬੇਬੇ ਵੀ ਚਲੀ ਜਾਣੀ ਹੈ। ਚਲੋ, ਰੱਬ ਦਾ ਭਾਣਾ ਹੈ, ਕੀ ਦੋਸ਼ ਹੈ ਨਾ ਤੇਰਾ ਨਾ ਮੇਰਾ, ਰੱਬ ਦਾ ਭਾਣਾ ਹੈ। ਮੈਂ ਤਾਂ ਸੋਚਿਆ ਵੀ ਉਦਣ ਦੀ ਦਰੀ ਵਿਛੀ ਆ, ਹਾਂ, ਨੌਕਰੀ ਚਲੀ ਗਈ, ਉਹਦੇ ਨਾਲ ਨਾਲ ਕਿਤੇ ਪ੍ਰਾਈਵੇਟ ਕੰਮ ਕਰ ਰਿਹਾ ਸੀ। ਅੱਛਾ, ਹਾਂਜੀ ਹਾਂਜੀ, ਅਤੇ ਮੈਨੂੰ ਪਤਾ ਲੱਗਿਆ ਵੀ ਰੰਧਾਵਾ ਸਾਹਿਬ ਦੀ ਬੇਬੇ ਨੇ ਇੰਸ਼ੋਰੈਂਸ ਕਰਵਾਈ ਸੀ 11 ਲੱਖ ਦੀ। 11 ਲੱਖ ਦੀ। ਹਾਂਜੀ ਹਾਂਜੀ, ਅੱਛਾ, ਤੇ ਕੀ ਕਰਨਾ ਹੁਣ ਆਪਾਂ? ਕਰਨਾ ਕੁਛ ਨਹੀਂ, ਥੋੜ੍ਹੀ ਫੋਰਮੈਲਿਟੀ ਹੈ। ਅੱਛਾ, ਗਰਮੀ ਬੜੀ ਆ, ਪਾਣੀ ਮੰਗਾਓ। ਹਾਂ ਪਾਣੀ ਪਾਣੀ, ਮੰਗਾ। ਨਹੀਂ ਨਹੀਂ ਨਹੀਂ, ਉੱਥੋਂ ਕੋਲਡ ਡਰਿੰਕ ਲੱਭੋ, ਕੋਈ ਚਾਹ ਕਹੋ। ਸਮੋਸੇ ਵੀ ਲੈ ਜਾਈਏ ਨਾਲ? ਨਹੀਂ, ਸਮੋਸੇ ਰਹਿਣ ਦਿਓ, ਮਿੱਠਾ ਲਾਈਏ, ਜੋ ਚੌਮਿਨ ਮੰਗਾ ਲਓ ਥੋੜ੍ਹੇ ਜਿਹੇ, ਚਲੋ, ਭੁੱਖ ਲੱਗੀ ਹੈ। ਕੋਈ ਗੱਲ ਨਹੀਂ, ਕਮੀਜ਼ ਨੂੰ ਦੇ ਗਈ ਦੇ। ਚਲੋ। ਅੱਛਾ, ਤੇ ਆ ਜਾਂਦਾ ਭਾਅ ਜੀ, ਮੰਗਾਉਂਦੇ ਆ। ਇੱਕ ਬੀਬੀ ਦਾ ਬਰਥ ਸਰਟੀਫਿਕੇਟ ਨਾ ਤਿਆਰ ਕਰਵਾ ਲਓ। ਡੈਥ ਹਾਂਜੀ ਹਾਂਜੀ ਹਾਂ, ਸਰਟੀਫਿਕੇਟ ਤੇ ਹੁਣੇ ਤੁਰ ਪਏ ਨੇ ਆਪਾਂ ਨਾਲ। ਨਹੀਂ, ਜਾਣਾ ਨਹੀਂ ਆ, ਤੁਸੀਂ ਸਰਟੀਫਿਕੇਟ ਲਿਆਓਗੇ, ਜਾਵਾਂਗੇ ਅਸੀਂ ਬਾਅਦ 'ਚ। ਠੀਕ ਆ, ਮੈਂ ਚਲ ਜਾਂਦਾ ਅੱਜ ਹੀ ਬਣਾਉਣ, ਜੇ ਪੱਗ ਵੀ ਫਿਰ ਕਰਨਾ ਹੋਗਾ ਨਾ। ਹਾਂਜੀ, 2 ਮਿੰਟ ਲਾਗੇ ਬਹਿ ਰਿਹਾ ਯਾਰ, 11 ਲੱਖ ਦਾ ਮਸਲਾ ਹੈ। ਇਹ ਗੱਲ ਨਹੀਂ, ਠੀਕ ਆ ਜੀ। ਬੀਬੀ ਦਾ ਆਧਾਰ ਕਾਰਡ ਹੈਗਾ? ਹਾਂ, ਬੀਬੀ ਜੀ ਦਾ ਆਧਾਰ ਕਾਰਡ ਹੈਗਾ ਆ, ਸ਼ਾਇਦ ਪੈਨ ਕਾਰਡ ਵੀ ਹੋਊਗਾ। ਤੇ ਤੁਸੀਂ ਦੱਸੋ ਵੀ ਕਿੱਦਣ ਜਾਣਾ ਪੈਨਸ਼ਨ ਇਹਨਾਂ ਦਾ ਬੀਮਾ ਲੈਣ, ਮੈਂ ਬਣਾ ਲੈਣਾ ਡੈਥ ਸਰਟੀਫਿਕੇਟ, ਭੋਗ ਤੋਂ ਬਾਅਦ ਚੱਲ ਪਾਂਗੇ। ਕੱਢ ਲੈਣੇ ਦਿਨ ਔਖੇ ਸੌਖੇ। ਤੁਸੀਂ ਜਾਣਾ, ਡਾਕੂਮੈਂਟ ਆਪਾਂ ਸਬਮਿਟ ਕਰਾਉਣੇ ਆ, ਠੀਕ, ਇੱਧਰ ਤੁਹਾਨੂੰ ਪੈਸੇ ਦੇ ਦੇਣੇ ਆ। ਕੋਈ ਗੱਲ ਨਹੀਂ ਜੀ, ਹੋਰ ਵੀ ਹੁਕਮ ਕਰੋ ਜੇ ਕੋਈ ਇੱਦਾਂ ਦਾ ਹੈਗਾ ਤਾਂ। ਕੋਲਡ ਡਰਿੰਕ ਨਹੀਂ ਆਈ ਤੁਹਾਡੀ? ਓਹੋ ਰਿੰਪੀ ਪੁੱਤ, ਕੋਲਡ ਡਰਿੰਕ ਲੈ ਗਿਆ ਉਹ ਵੀਰਜੀ ਨਹੀਂ ਆਏ ਆ। ਥਮਜ ਆਪਣਾ ਮੰਗਾਇਓ, ਫੈਂਟਾ ਹੈਗੀ ਮੋਂਟਨ ਡਿਊ ਲਈਏ। ਨਹੀਂ, ਚਲੋ ਰਹਿਣ ਤੋਂ ਕੋਈ ਗੱਲ ਨਹੀਂ। ਅਤੇ ਬਾਕੀ ਬੜਾ ਮੈਨੂੰ ਅਫਸੋਸ ਹੋਇਆ ਕਿ ਪਾਪੇ ਤੋਂ ਬਾਅਦ ਬੀਬੀ ਵੀ ਚਲ ਗਈ ਆ। ਪਾਪਾ ਨਹੀਂ, ਬਾਪੂ, ਪਾਪੂ ਜੀ, ਬਾਪੂ ਜੀ। ਹਾਂ, ਚਲੋ ਹੋ ਜਾਂਦਾ ਜੀ, ਅੱਜ ਕੱਲ੍ਹ ਤੁਹਾਨੂੰ ਪਤਾ ਚੱਲਦਾ ਹੀ ਆ। ਨਹੀਂ, ਤੁਹਾਡੇ 32 ਦੰਦਾਂ ਵਿੱਚ ਸਾਡਾ ਪਾਪਾ ਵੀ ਨਾ ਲੈ ਕੇ ਬਹਿ ਜਾਓ ਕਿਤੇ। ਨਹੀਂ, ਬੜਾ ਅਫਸੋਸ ਹੋਇਆ ਜੀ। ਚਲੋ ਚੰਗਾ ਰੰਧਾਵਾ ਸਾਹਿਬ, ਫਿਰ ਠੀਕ ਹੈ, ਚੱਲਦੇ ਹਾਂ। ਤੁਸੀਂ ਡਾਕੂਮੈਂਟ ਆਪਣੀ ਫਾਰਮੈਲਿਟੀ ਪੂਰੀ ਕਰੋ ਅਤੇ ਸਾਡੇ ਨਾਲ ਭੋਗ ਤੋਂ ਬਾਅਦ ਚੱਲਿਓ। ਠੀਕ ਹੈ ਅਤੇ ਜੀ। ਵੈਸੇ ਇੱਕ ਗੱਲ ਹੋਰ ਦੱਸਾਂ ਜੀ, ਹਾਂਜੀ, ਇਹ 11 ਲੱਖ ਦਾ 31 ਲੱਖ ਵੀ ਹੋ ਸਕਦਾ ਜੀ। 31 ਲੱਖ ਕਿਵੇਂ ਹੋ ਸਕਦਾ? ਜਦੋਂ ਤੁਹਾਡਾ ਭੋਗ ਪਊਗਾ ਨਾ,
ਕਿਤੇ ਬੱਚਿਆਂ ਦੇ ਕੰਮ ਆ ਜਾਊਗਾ, ਉਦੋਂ ਤੁਹਾਨੂੰ 31 ਲੱਖ ਮਿਲ ਜਾਊਗਾ। ਓ ਜਾ ਭਰਾ, ਕਿੱਦਾਂ ਇਹ ਨੈਸ਼ ਗੱਲਾਂ ਕਰਨ ਡਿਆ? ਚੰਗਾ ਜੀ, ਸਾਨੂੰ 11 ਲੱਖ ਦੀ ਸਬਰ ਆ, ਅਸੀਂ ਕਰ ਲਾਂਗੇ। ਨਹੀਂ ਵੇਖ ਲਓ। ਓ ਨਹੀਂ ਭਰਾ, 11 ਲੱਖ ਦੀ ਸਬਰ ਕਰ ਲਾਂਗੇ। ਚੰਗਾ ਜੀ, ਇਹ ਕੀ ਪਤਾ ਇੰਸ਼ੋਰੈਂਸ ਮਿਲਣੀ ਕਿ ਨਹੀਂ ਮਿਲਣੀ, ਹਾਂਜੀ ਤੁਸੀਂ ਦਿਮਾਗ 'ਚ ਨਾ ਇਹੋ ਜਿਹੀ ਗੱਲਾਂ ਰੱਖਿਆ ਕਰੋ, ਇੱਦਾਂ ਹੀ ਕਰਦੇ ਹੁੰਦੇ ਆ। ਬਾਬਾ ਜੀ ਆ ਗਏ, ਸਿਰ 'ਤੇ ਪਰਨਾ ਪਾ ਲਈਏ। ਸਤਿ ਸ਼੍ਰੀ ਅਕਾਲ ਜੀ ਪਿਆਰਿਓ। ਸਤਿ ਸ਼੍ਰੀ ਅਕਾਲ ਜੀ ਭਾਜੀ। ਸਤਿ ਸ਼੍ਰੀ ਅਕਾਲ ਜੀ ਬਾਬਾ ਜੀ। ਚਲੋ ਸਹੀ ਮਾਤਾ ਜੀ। ਹਾਂ ਮਾਤਾ ਜੀ, ਤੇ ਪਤਾ ਨਹੀਂ ਲੱਗਾ ਵੀ ਉਹਨਾਂ ਨੇ ਇੰਨੀ ਛੇਤੀ ਚਲ ਜਾਣਾ ਸੀ। ਵੇਖੋ ਜੀ, ਇਹ ਸੰਸਾਰ ਆ, ਜਿਹੜਾ ਜੀ ਆਇਆ ਉਹਨੇ ਇੱਕ ਨਾ ਇੱਕ ਦਿਨ ਜਾਣਾ ਹੀ। 7 ਵਜੇ ਬਾਬਾ ਜੀ। ਇਹ ਗੁਰਮੁਖੋ ਤੁਹਾਡੀ ਗੱਲ ਬਿਲਕੁਲ ਸਹੀ ਆ, ਇਹ ਆਉਣ ਜਾਣ ਬਣਿਆ ਜੀ, ਇਸੇ ਤਰੀਕੇ ਨਾਲ ਚੱਲਦਾ ਆ ਰਿਹਾ ਤੇ ਇਸੇ ਤਰੀਕੇ ਨਾਲ ਚੱਲਣਾ ਇਹ ਸੰਸਾਰ। 7 ਵਜਨ ਜੀ। ਬਾਕੀ ਜੀਆਂ ਦੀ ਤੇ ਹਮੇਸ਼ਾ ਹੀ ਲੋੜ ਰਹਿੰਦੀ। ਆਹੋ ਜੀ ਬਜ਼ੁਰਗ ਤੇ ਵੈਸੇ ਕਹਿੰਦੇ ਘਰ ਦਾ ਤਾਲਾ ਹੁੰਦੇ ਨੇ। ਬਿਲਕੁਲ ਬਾਬਾ ਜੀ, ਤੁਸੀਂ ਤੇ ਭਲੀ ਭਾਂਤ ਜਾਣਦੇ ਹੋ, ਵਿਚਰਦੇ ਹੋ ਨਗਰ ਦੇ ਵਿੱਚ। ਮਾਤਾ ਜੀ ਨਾਲ ਵੀ ਤੁਹਾਡਾ ਪਿਆਰ ਸੀ ਹਾਂਜੀ ਹਾਂਜੀ ਤੇ ਤਾਂ ਹੀ ਇਹ ਸ਼ਬਦ ਮੂੰਹ ਨਿਕਲਦੇ ਆ। ਹਾਂਜੀ, ਮੈਂ ਵੀ ਜਾਣਾ ਸੀ ਕਿਸੇ ਹੋਰ ਘਰ ਵੀ। ਮੈਂ ਚਲੋ ਲੰਘਦਿਆਂ ਲੰਘਦਿਆਂ 10 ਮਿੰਟ ਤੁਹਾਡੇ ਵੀ ਹਾਜ਼ਰੀ ਭਰੇ ਸੀ। ਠੀਕ ਹੈ ਜੀ। ਉਹ ਆਪਣਾ ਗੁਰਮੇਲ ਬਾਬਾ ਜੀ ਆਏ ਆ, ਇੱਕ ਤਾਂ ਆਵਾਜ਼ ਦਿਓ ਇੱਥੋਂ ਕੁੜੀਆਂ ਨੂੰ ਜਲ ਪਾਣੀ ਵਾਸਤੇ, ਤੇ ਨਾਲੇ ਸਤਨਾਮ ਹਾਂਜੀ ਜੀ ਖੰਡ ਪਾਠ ਸਾਹਿਬ ਦਿਖਾਉਣਾ ਆ। ਹਾਂਜੀ ਕੋਈ ਬਾਬਾ ਜੀ ਹੋਣਾ ਜਿਹੜੀ ਸਮੱਗਰੀ ਦੀ ਲੋੜ ਉਹ ਵੀ ਦਿਖਾ ਲਈਏ। ਠੀਕ। ਰਿੰਪੀ ਪੁੱਤ ਸਮੁੰਦਰ ਤਿਆਰ ਕਰੋ, ਬਾਬਾ ਜੀ ਆਏ ਨੇ ਗੁਰਦੁਆਰੇ ਦੇ ਭਾਈ ਸਾਹਿਬ। ਅੱਛਾ ਬਾਬਾ ਜੀ, ਇਹ ਬਚਨ ਆ ਕਿ ਮਾਤਾ ਜੀ ਦਾ ਸ਼੍ਰੀ ਅਖੰਡ ਪਾਠ ਸਾਹਿਬ ਵੀ ਰੱਖਣਾ। ਠੀਕ ਆ ਜੀ। ਤੇ ਉਹ ਆਪਣਾ ਸਮੱਗਰੀ ਲਿਖਵਾ ਦਿਓ। ਠੀਕ ਹੈ ਜੀ। ਮੋਬਾਈਲ ਕੋਲ ਹੀ, ਮੋਬਾਈਲ 'ਤੇ ਨੋਟ ਕਰੀ ਜਾ। ਲਿਖਾਓ ਬਾਬਾ ਜੀ। ਹਾਂਜੀ ਬਾਬਾ ਜੀ ਕੋਲ ਲਿਖੋ ਜੀ। ਇੱਕ ਲਿਖ ਲਿਓ, ਆਪਣੀ ਸੰਗਤ ਕਿੰਨੀ ਕੁ ਹੋ ਜਾਣੀ ਆ ਭੋਗ ਤੇ? ਸੰਗਤ ਤਾਂ ਕਾਫੀ ਹੋ ਜਾਣੀ ਆ, ਉਹ ਤਾਂ ਹਲਵਾਈ ਲਿਖ ਲੇਗਾ। ਤੁਸੀਂ ਆਪਣਾ ਜਿਹੜਾ ਪਾਠੀ ਸਿੰਘਾਂ ਵਾਸਤੇ ਜਿਹੜਾ ਗੁਰੂ ਮਹਾਰਾਜ ਗੁਰਬਾਣੀ ਦਾ ਜਾਪ ਚੱਲਣਾ ਨਾ, ਉਹ ਅਸੀਂ ਤੁਹਾਡੀ ਸੇਵਾ ਵਿੱਚ ਅਸੀਂ ਮਤਲਬ ਕਿਹੜੀ ਕਿਹੜੀ ਚੀਜ਼ ਲਿਆ ਕੇ ਰੱਖੀਏ, ਸਾਨੂੰ ਆਪਾਂ ਦੱਸ ਦਿਓ। ਠੀਕ ਹੈ, ਹਾਂਜੀ ਲਿਖੋ ਜੀ। ਚਲ ਬੋਲੋ ਬਾਬਾ ਜੀ। 1 ਕਿਲੋ ਗਿਰੀਆਂ ਲਿਖੋ ਬਦਾਮ ਦੀਆਂ। 1 ਕਿਲੋ ਗਿਰੀਆਂ ਬਦਾਮ ਦੀਆਂ। ਹਾਂਜੀ। ਅੱਧਾ ਕਿਲੋ ਖਸਖਸ ਲਿਖੋ।
ਕਿੰਨੇ? ਮਗਜ ਲਿਖ ਲਓ, ਇਹ ਤੁਸੀਂ 250 ਗ੍ਰਾਮ ਹੀ ਲਿਖ ਲਿਓ। 250 ਗ੍ਰਾਮ। ਹਾਂਜੀ, 1 ਕਿਲੋ ਹਰੀ ਇਲਾਚੀ ਲਿਖੋ। 1 ਕਿਲੋ ਹਰੀ ਇਲਾਚੀ। ਹਾਂਜੀ, ਫਿਰ ਤੁਸੀਂ ਲਿਖੋ 1 ਕਿਲੋ ਕਾਜੂ ਲਿਖੋ। 1 ਕਿਲੋ ਕਾਜੂ। ਹਾਂਜੀ, ਹਾਂਜੀ, ਔਰ 5 ਕਿਲੋ ਦੁੱਧ ਲਿਖੋ। 5 ਕਿਲੋ ਦੁੱਧ। ਹਾਂਜੀ, ਹਾਂਜੀ, 5 ਕਿਲੋ ਹੀ ਖੰਡ ਲਿਖ ਲਓ। 5 ਕਿਲੋ ਖੰਡ। ਹਾਂਜੀ, ਇਹ ਪਾਠੀ ਸਿੰਘਾਂ ਦੇ ਸੇਵਾ ਵਾਸਤੇ ਸੇਵਾ ਵਾਸਤੇ ਆ ਜੀ, ਉਹ ਬਣਾ ਕੇ ਛਕਣ ਕੇ ਰਗੜਾ ਬਣਾ ਖਸ ਕੇ ਖਸ ਵੀ ਲਿਖਾ ਦੇਣਗੇ ਬਾਬਾ ਜੀ। ਖਸ ਖਸ ਲਿਖਾਤੀ ਹੈ ਜੀ ਉਹਦੇ ਵਿੱਚ। ਲਿਖਵਾਤੀ। ਹਾਂਜੀ, ਠੀਕ, ਖਸ ਖਸ ਵੀ ਲਿਖਾਤੀ, ਬਦਾਮ ਵੀ ਲਿਖਾਤੇ ਨੇ, ਮਗਜ਼ ਵੀ ਲਿਖਾਤੇ, ਹਰੀ ਇਲਾਚੀ ਲਿਖ ਲਈ ਹੈ, ਆ ਲੈ ਜੀ। ਹਰੀ ਇਲਾਚੀ ਵੀ ਲਿਖਾਤੀ ਹੈ। ਧਾਗੇ ਵਾਲੀ ਮਿਸ਼ਰੀ ਰਹਿ ਗਈ ਜੀ। ਹਾਂ, ਧਾਗੇ ਵਾਲੀ ਮਿਸ਼ਰੀ ਲਿਖੋ, ਸ਼ਾਬਾਸ਼। ਕਿੰਨੀ? 1 ਕਿਲੋ ਲਿਖੋ। ਧਾਗੇ। ਉਸ ਤੋਂ ਬਾਅਦ ਇੱਕ ਬਸਤਰ ਲਿਖੋ ਜੋ। ਬਸਤਰ। ਹਾਂਜੀ, ਦੇਸੀ ਘਿਓ ਵੀ ਦੱਸ ਦਿਓ। ਚਲੋ ਦੇਸੀ ਘਿਓ ਹੀ ਲਿਖ ਲਓ ਪਹਿਲਾਂ। ਠੀਕ। ਹਾਂਜੀ, ਹਾਂਜੀ, ਇੱਦਾਂ ਕਰੋ ਤੁਸੀਂ 4 ਕਿਲੋ ਦੇਸੀ ਘਿਓ ਲਿਖ ਲਓ। ਦੇਗ ਵੀ ਬਣਾਉਣੀ ਆ ਫਿਰ। ਚਾਰ ਹਾਂਜੀ, ਕਿਲੋ ਹਾਂ, 4 ਕਿਲੋ ਦੇਸੀ ਘਿਓ ਲਿਖ ਲਓ। ਹਾਂਜੀ। ਹਾਂਜੀ, ਹੁਣ ਲਿਖੋ ਤੁਸੀਂ ਕੋ ਬਸਤਰ ਬੁਸਤਰ ਵੀ ਹਾਂ, ਬਣਾਇਆ ਨਾ ਮੈਂ ਉਹ ਗੱਲ ਪਤਾ। ਕਰਨ ਲੱਗਾ ਹਾਂ ਬਾਬਾ ਜੀ, ਕਿ ਮਾਤਾ ਜੀ ਹੋਣਾਂ ਨੇ ਸਾਡਿਆਂ ਨੇ ਬੜੀ ਸੋਹਣੀ ਜ਼ਿੰਦਗੀ ਹੰਢਾਈ ਆ। ਠੀਕ ਹੈ। ਜੋ ਵੀ ਰਿਜਕ ਆ, ਜੋ ਵੀ ਕਾਰੋਬਾਰ ਆ, ਇਹ ਬਜ਼ੁਰਗਾਂ ਨੇ ਦਿੱਤਾ ਹੀ, ਚੱਲ ਰਿਹਾ ਤੇ ਖਾ ਰਹੇ ਆ। ਠੀਕ ਹੈ। ਤੇ ਮਾਤਾ ਜੀ ਦੇ ਜਿਹੜੇ ਕੱਪੜੇ ਆ, ਭੋਗ ਤੇ ਦੇਣੇ ਆ, ਹਾਂਜੀ, ਉਹ ਦੱਸੋ ਕਿ ਤੁਹਾਡੇ ਬਾਬੇ ਆਣੀ ਵਾਸਤੇ ਉਹਨਾਂ ਵਾਸਤੇ ਬਣਾਈਏ ਕਿ ਜਾਂ ਤੁਹਾਡੇ ਵਾਸਤੇ ਬਣਾ ਦਈਏ? ਨਹੀਂ ਕੋਈ ਗੱਲ ਨਹੀਂ, ਤੁਸੀਂ ਮੇਰੇ ਬਣਾ ਦਿਓ, ਜਾਣੇ ਤੇ ਉੱਥੇ ਹੀ ਆ। ਹਾਂ, ਜਾਣੇ ਤਾਂ ਉੱਥੇ ਹੀ ਆ। ਹਾਂਜੀ, ਦੱਸਿਓ ਕਿਸ ਤਰ੍ਹਾਂ ਦਾ ਕੱਪੜਾ ਹੋਵੇ। ਕੱਪੜਾ ਲੈ ਲਿਓ ਤੁਸੀਂ, ਵਧੀਆ ਕਾਟਨ ਦਾ ਹੀ ਲਿਓ। ਅਸਲ ਮੈਂ ਜਿਹੜਾ ਪਾਉਂਦਾ ਆ, ਤੁਸੀਂ ਆਪਣੀ ਮਰਜ਼ੀ ਨਾਲ ਲੈਣਾ। ਜਿਹੜਾ ਮੈਂ ਪਾਉਂਦਾ ਆ ਉਹ ਕੋਈ ਹੁੰਦਾ ਵਾ 1500 ਰੁਪਏ ਦਾ ਮੀਟਰ, ਜਿਹੜਾ ਕੁੜਤਾ ਪਜਾਮਾ ਪਾਉਂਦਾ ਮੈਂ, ਅੱਛਾ, ਗਰਮੇਲ ਤੇ 5 ਮੀਟਰ ਹੀ ਆਉਣਾ ਸਾਰਾ। 2000 ਮੀਟਰ ਵਾਲਾ ਕੱਪੜਾ, 5 ਮੀਟਰ ਕੱਪੜਾ। ਕੱਪੜਾ ਹਾਂ, ਮਾਤਾ ਜੀ ਨੂੰ ਦਾਨ ਲੱਗੂਗਾ, ਬਾਬਾ ਜੀ ਪਾਉਣਗੇ, ਹੰਢਾਉਣਗੇ, ਤੇ ਬਾਬਾ ਜੀ ਦੀ ਦਸਤਾਰ ਲਿਖ ਲਓ। ਹਾਂਜੀ, ਬਾਬਾ ਜੀ ਕਿੰਨੇ ਮੀਟਰ ਬੰਨਦੇ? ਦਸਤਾਰ ਲਿਖ ਲਓ ਜੀ ਤੁਸੀਂ, 7.5 ਮੀਟਰ ਦਸਤਾਰ ਲਿਖ ਲਓ। 7.5 ਮੀਟਰ ਦਸਤਾਰ। ਹਾਂਜੀ, ਠੀਕ ਹੈ ਸਰ। ਤੇ ਇੱਕ ਬੇਬੇ ਜੀ ਦੇ ਜਿਹੜੇ ਜੋੜਾ ਆ, ਉਹ ਬਾਬਾ ਜੀ ਉਹ ਫਿਰ ਆਪਣਾ ਲੇਡੀ ਜੀ ਲਿਆਈਏ ਕਿ ਜਾਂ ਜੈਂਟਸ ਤੁਹਾਡੇ ਵਾਸਤੇ? ਨਹੀਂ ਉਹ ਤੁਸੀਂ ਫਿਰ ਹੁਣ ਜੇ ਬਾਕੀ ਵਸਤਰ ਹਾਂ। ਮੇਰੇ ਲਿਖਣ ਦੇ ਤੇ ਉਹ ਵੀ ਤੁਸੀਂ ਮੇਰੇ ਲਈ ਲੈ ਕੇ ਆਓ। ਠੀਕ। ਕਿੰਨੇ ਨੰਬਰ ਜੇ? 7 ਨੰਬਰ ਲੈ। 7 ਨੰਬਰ। ਛੋਲ। ਹਾਂਜੀ, ਉਹ ਹਾਂ, ਤੁਸੀਂ, ਤੁਹਾਡੀ ਮਰਜ਼ੀ ਹੈ, ਜਿੱਦਾਂ ਦੇ ਮਰਜ਼ੀ ਲੈ ਆਓ, ਮੈਂ ਵੈਸੇ ਬਾਟਾ ਦੇ ਹੀ ਪਾਊਂਗਾ। ਠੀਕ। ਆਹ ਹਾਂਜੀ, ਖੇਡ ਹੋਣ ਡੀ ਆ, ਪੁੱਤ ਇੱਦਾਂ ਨਹੀਂ ਕਰੀਦਾ, ਜੇ ਬੈਠਾ ਹੋਏ ਗੁਰਮੁਖ ਇੱਦਾਂ ਨਹੀਂ ਕਰੀਦਾ, ਬਾਟਾ ਤੇ ਲੈ ਜਾ। ਹਾਂਜੀ, ਇੱਕ ਬਿਸਤਰਾ ਲਿਖ ਲਿਓ, ਉਹ ਗੁਰਦੁਆਰਾ ਸਾਹਿਬ ਹੀ ਰਹਿਣਾ ਹੈ, ਕਿਉਂਕਿ ਪਾਠੀ ਸਿੰਘ ਜਦੋਂ ਪਾਠ ਕਰਾਉਂਦੇ ਆਪਾਂ ਗੁਰਦੁਆਰਾ ਸਾਹਿਬ, ਉੱਥੇ ਉਹਨਾਂ ਦੀ ਸੇਵਾ 'ਚ ਹੀ ਹਾਜ਼ਰ ਹੁੰਦਾ। ਨਾਲੇ ਸਾਡੇ ਤੇ ਮਾਤਾ ਜੀ ਕੋਲ ਪਹੁੰਚਣਾ ਚਾਹੀਦਾ ਹਾਂ ਜੀ। ਜੀ, ਹਾਂਜੀ, ਸਭ ਤੋਂ ਵੱਡੀ ਇੱਕ ਗੱਲ ਆ। ਬਿਸਤਰਾ ਲਿਖ ਲਿਓ ਜੀ। ਬੈਡ ਵੀ ਲਿਖੋ।
ਉਹ ਤੁਹਾਡੀ ਮਰਜ਼ੀ, ਭਾਵੇਂ ਫੋਲਡਿੰਗ ਮੰਜਾ ਚੜ੍ਹਾ ਦਿਓ ਅਤੇ ਭਾਵੇਂ ਦੂਜਾ ਮੰਜਾ ਗੁਰਦੁਆਰਾ ਸਾਹਿਬ, ਉਹ ਤੁਹਾਡੀ ਸੇਵਾ ਗੁਰਦੁਆਰਾ। ਬਿਸਤਰਾ ਗਰਮ ਕਿ ਠੰਡਾ? ਵੇਖੋ ਜੀ ਗੱਲ, ਸਰਦੀਆਂ ਆਉਂਦੀਆਂ, ਹੁਣ ਫਿਰ ਗਰਮੀ ਲੈ ਕੇ ਦਿਓ। ਲਿਖ ਲਾ ਬਾਊ ਸ਼ਨੀਲ ਦੀ ਰਜਾਈ। ਮੋਟੀ ਇਹ ਬਾਬਾ ਜੀ ਸਾਰੀ ਚੀਜ਼ਾਂ ਜਿਹੜੀਆਂ ਨਾ, ਇਹ ਕਿ ਮਾਤਾ ਜੀ ਨੂੰ ਲੱਗ ਜਾਣਗੀਆਂ, ਮਾਤਾ ਜੀ ਕੋਲ ਪਹੁੰਚ ਜਾਣਗੀਆਂ, ਸਿਆਲ ਸੌਖਾ ਡਿਗਲ ਜੀ ਉਹਨਾਂ ਦਾ। ਇਹ ਤਾਂ ਵੇਖੋ ਜੀ ਅਰਦਾਸ ਬੇਨਤੀ ਕਰ ਦੇਣੀ ਆ ਮਹਾਰਾਜ ਜੀ, ਫਿਰ ਆਪੇ ਉਹਨਾਂ ਕੋਲ ਪਹੁੰਚ ਜਾਣੀਆਂ ਇਹ ਚੀਜ਼ਾਂ। ਬਾਬਾ ਜੀ ਬਸ ਜਿਉਂ ਜੰਮੇ ਆ ਇਹ ਚੀਜ਼ਾਂ ਤਾਂ ਵੱਡਿਆਂ ਕੋਲ ਵੀ ਸੁਣਦੇ ਆਏ ਕਿ ਉੱਥੇ ਪਹੁੰਚਦੀਆਂ, ਅਤੇ ਦਾਨ ਕਰਨਾ ਵੀ ਚਾਹੀਦਾ, ਉਹ ਮਰਨ ਵਾਲਾ ਨਾਲ ਥੋੜ੍ਹਾ ਲੈ ਜਾਂਦਾ ਬਿਲਕੁਲ ਜੀ ਬਿਲਕੁਲ, ਹੈ ਨਾ। ਨਾਲੇ ਦਾਨ ਆਨੇ ਬਹਾਨੇ ਹੁੰਦਾ ਜੀ, ਹਾਂ ਪੁੱਜ ਕੇ ਨਹੀਂ ਅੱਜ ਕੱਲ੍ਹ ਉਨੇ ਸਮੇਂ ਦੇ, ਇੱਦਾਂ ਹੀ ਆਨੇ ਬਹਾਨੇ ਦਾਨ ਦਿੱਤਾ ਜਾਂਦਾ। ਅਸਲ 'ਚ ਬਾਬਾ ਜੀ ਚੰਦ ਕੀ ਗੁਰਦੁਆਰੇ ਦੇ ਭਾਈ ਸਿੰਘ ਹੁੰਦੇ ਆ ਜਿਹੜੇ ਇੰਨਾ ਡੂੰਘਾ ਸੋਚਦੇ ਆ, ਜਾਣ ਵਾਲੇ ਪ੍ਰਾਣੀ ਵਾਸਤੇ ਜਿਹੜੀਆਂ ਚੀਜ਼ਾਂ ਦਾਨ ਕਰਵਾਉਂਦੇ ਆ, ਅਤੇ ਮਹਾਰਾਜ ਅਸੀਂ ਤੁਹਾਡੇ ਤੋਂ ਬੁਲਾਰੇ ਜਾਈਏ, ਅਸੀਂ ਸਾਰਾ ਕੁਝ ਦੱਸਿਆ, ਪ੍ਰਵਾਨ ਹੋਊਗਾ ਜੀ, ਚੋੜਾ ਵੀ ਆਊਗਾ, ਬਸਤਰ ਵੀ ਆਉਣਗੇ, ਅਤੇ ਠੀਕ ਜੇ ਮੈਂ ਫਿਰ ਚੱਲਦਾ ਜੇ ਮੈਂ। ਨਹੀਂ ਇੱਕ ਮਿੰਟ ਜੀ, ਮੈਂ ਨਾ ਮੇਰੇ ਮਨ 'ਚ ਖਿਆਲ ਇੱਕ ਹੋਰ ਹੋ ਗਿਆ, ਮਾਤਾ ਜੀ ਬਿਮਾਰ ਵੀ ਰਹਿੰਦੇ ਸੀ, ਸਤਨਾਮ, ਹਾਂਜੀ ਹਾਂਜੀ ਛੋਟੇ ਵੀਰ ਮਾਤਾ ਜੀ ਨੂੰ ਸ਼ੂਗਰ ਦਾ ਟੀਕਾ ਵੀ ਲੱਗਦਾ ਇਹ, ਹਾਂਜੀ ਅਤੇ ਉਹ ਬਲੱਡ ਦਾ ਬਲੱਡ ਵਾਲੇ ਬੀਪੀ ਵਾਲਾ ਲੱਗਦਾ ਹੈ। ਬੀਪੀ ਵਾਲਾ ਲੱਗਦਾ ਸੀ। ਬਾਬਾ ਜੀ ਰੋਟੀ ਵੀ ਖਾਣ ਆਇਆ ਕਰਨਾ ਜੀ ਤੁਸੀਂ ਵਰੀਣੇ ਤੱਕ, ਹਰ ਮਹੀਨੇ ਸੰਗਰਾਂਦ ਦੇ ਸੰਗਰਾਂਦ, ਠੀਕ ਹੈ ਅਤੇ ਸਤਨਾਮ ਹਾਂਜੀ ਗੁਰਮੇਲ ਛੋਟੇ ਵੀਰ ਮੋਬਾਈਲ ਜੇਬ 'ਚ ਪਾ ਲਓ, ਅਤੇ ਜਿੰਨੇ ਟੀਕੇ ਲੱਗਦੇ ਮਾਤਾ ਜੀ ਨੂੰ ਸ਼ੂਗਰ ਦਾ ਜਾਂ ਬਲੱਡ ਦਾ, ਹੈ ਨਾ, ਚਾਰ ਕੁ ਟੀਕੇ ਲੱਗਦੇ ਸੀ, ਉਹ ਬਾਬਾ ਜੀ ਉਹਨਾਂ ਨੂੰ ਸਤਿਕਾਰ ਦੇ ਨਾਲ ਖੜ ਗਏ ਨਾ ਅੰਦਰ, ਅਤੇ ਬਾਬਾ ਜੀ ਉਹਨਾਂ ਨੂੰ ਲਾ ਦਿਓ, ਇਹਨਾਂ ਰਾਹੀਂ ਉੱਥੇ ਚਲ ਜਾਣਗੇ, ਹਾਂਜੀ ਹੈ ਨਾ, ਜਾਓ ਬੜੇ ਸਤਿਕਾਰ ਨਾਲ ਕਰੋ ਬਾਬਾ ਜੀ ਨੂੰ, ਉਹਨਾਂ ਚਿਰ ਪ੍ਰਸ਼ਾਦਾ ਤਿਆਰ ਹੋ ਜਾਂਦਾ ਆ। ਨਹੀਂ ਮੈਂ ਫਿਰ ਚੱਲਦਾ ਜੇ ਮੈਂ ਨਾ ਅਗਲੇ ਘਰ, ਪਾਸੇ ਫੜ ਲਓ ਬਾਬਾ ਜੀ, ਅਗਲੇ ਬਾਬਾ ਜੀ ਚਲੋ ਕਰਿਓ, ਨਹੀਂ ਇਸ ਚੀਜ਼ ਦੀ ਨਹੀਂ 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 ਅੱਜ ਪੁੱਤ ਪਰਲੇ ਪਾਸੇ ਹੋ, ਬਾਬਾ ਜੀ ਦੇ ਪਰਲੇ ਪਾਸੇ ਹੋ, ਬੜੇ ਸਰਕਾਰ ਦੇ ਨਾਲ ਪੁੱਤ ਬੜੇ ਪਿਆਰ ਦੇ ਨਾਲ। ਉਹ ਨਹੀਂ ਇਸ ਚੀਜ਼ ਦੀ ਨਹੀਂ ਲੋੜ ਹੈਗੀ, ਨਹੀਂ ਬਾਬਾ ਜੀ ਸਾਰੀ ਚੀਜ਼ ਦੀ ਲੋੜ ਹੁੰਦੀ ਆ, ਕੋਈ ਗੱਲ ਨਹੀਂ, ਇਹ ਸਾਰੇ ਲੋਕ ਜਿਹੜੇ ਜਲ ਪ੍ਰਵਾਹ ਕਰਕੇ ਤੁਸੀਂ ਬਹੁਤ ਲੰਬੇ ਬਾਬਾ ਜੀ, ਲੰਬੇ ਲੰਬੇ ਪੈਣ ਲਈ ਉਹ ਪੈ ਜਾਓ, ਤੁਸੀਂ ਲੰਬੇ ਬਹੁਤ ਬਾਬਾ ਜੀ, ਫੜੋ ਬਾਬੇ ਨੂੰ ਜਗ੍ਹਾ, ਵੇਖੋ ਮਾੜਾ ਕੋਈ, ਇਹ ਚੀਜ਼ਾਂ ਜਲ ਪ੍ਰਵਾਹ ਕਰੀ ਦੀਆਂ ਹੁੰਦੀਆਂ ਨੇ, ਇਹ ਚੀਜ਼ਾਂ ਇੱਦਾਂ ਥੋੜ੍ਹੀ ਕਰੀ ਦੀਆਂ ਹੁੰਦੀਆਂ ਨੇ। ਮਾਤਾ ਜੀ ਵੀ ਇਸ ਤਰ੍ਹਾਂ ਹੀ ਟੀਕਾ ਲਵਾਉਂਦੇ ਹੁੰਦੇ ਸੀ। ਕਰ ਦਿਓ ਕਿਰਪਾ, ਲਓ ਬਾਬਾ ਜੀ ਤਾਰ ਦਿਓ ਮਾਤਾ ਨੂੰ। ਬਾਬਾ ਜੀ ਤੁਹਾਡਾ ਸਤਿਕਾਰ ਆ, ਲਓ ਭਾਜੀ ਮਾਤਾ ਨੂੰ ਦੂਜਾ ਟੀਕਾ ਵੀ ਲੱਗਣ ਲੱਗਾ ਜੇ, ਲਾ ਦਿਓ ਦੂਜਾ ਵੀ, ਲਓ ਫਿਰ ਹੋ ਗਈ ਜੀ ਕਿਰਪਾ।
ਆਏ ਓਏ ਲਓ ਭਾਜੀ, ਮਾਤਾ ਦੇ ਤੀਜਾ ਟੀਕਾ ਵੀ ਲੱਗਣ ਲੱਗਾ ਜੇ, ਤੀਜਾ ਵੀ ਲਾ ਦੋ। ਲਓ ਫਿਰ ਹੋ ਗਈ ਜੀ ਕਿਰਪਾ। ਆਏ ਓਏ ਲਓ ਭਾਜੀ, ਚੌਥਾ ਵੀ ਲੱਗਣ ਲੱਗਾ ਜੇ, ਚੌਥਾ ਵੀ ਸਤਿਕਾਰ ਦੇ ਨਾਲ ਲਾ ਦੋ ਬਾਬਾ ਜੀ ਨੂੰ ਟੀਕਾ। ਆਏ ਓਏ ਬਾਬਾ ਜੀ ਤੁਹਾਡਾ ਸਤਿਕਾਰ ਆ, ਤੁਸੀਂ ਇੰਨਾ ਕਸ਼ਟ ਸਹਿ ਕੇ ਵੀ ਉੱਪਰ ਮਾਤਾ ਜੀ ਨੂੰ ਦਵਾਈਆਂ ਭੇਜ ਰਹੇ ਜੇ। ਚਲੋ ਆ ਜਾਓ ਬਾਬਾ ਜੀ। ਬਾਬਾ ਜੀ ਬਹੁਤ ਬਹੁਤ ਧੰਨਵਾਦ, ਮਾਤਾ ਜੀ ਵਾਸਤੇ ਤੁਸੀਂ ਇੰਨਾ ਕੁਛ ਕੀਤਾ ਆ, ਹੋਰ ਵੀ ਜੇ ਕੋਈ ਸੇਵਾ ਹੈਗੀ ਤੇ ਦੱਸ ਦੋ। ਬਸ ਜੀ ਨਿਹਾਲ ਹੋ ਗਏ, ਇੰਨੀ ਸੇਵਾ ਤੇ ਤੁਹਾਡੀ। ਦੋ ਮਿੰਟ ਬਹਿ ਜਾਓ, ਮੈਂ ਜੇ ਵਿਚਾਰ ਧਾਰਾ ਹੋ ਜੇ ਨਹੀਂ ਛੁੱਟੀਆਂ ਦਿਓ ਹੁਣ। ਚਲੋ ਧੰਨਵਾਦ ਜੀ, ਤੇ ਟਾਈਮ ਨਾਲ ਆ ਜਾਓ ਖੰਡ ਪਾਠ ਜਿਸ ਦਿਨ ਰੱਖਣਾ। ਠੀਕ ਹੈ, ਚੰਗਾ ਜੀ।